अस्सलाम वालेकुम, की हाल है मित्रों प्यारे हो। मैं तुहाडा मित्र, तुहाडा मेली, तुहाडा बेली, तुहाडा सब दा सांझा आबद जा तुहाडे नाल। ते जिवें कि तुहानू सब नू पता है कि अज 21 फरवरी है, मां बोली दिहाड़ है, पूरी दुनिया विच मदर लैंग्वेज डे मनाया जांदा है। ते उस सिलसिले दे विच असीं अज लाहौर शिमला पहाड़ी असीं हाजिर होए हां। ते इत्थे असीं इकट्ठ कीता है जिहड़ी साडी मां बोली है, इहनू साडे सिलेबस दा हिस्सा बनाउणा चाहीदा है, तां कि साडी आने वाली जिहड़ी अगली नसल है, ਸਾਡੇ ਜਿਹੜੇ ਬਾਲ ਨੇ, ਸਾਡੀ ਜਿਹੜੀ ਅਗਲੀ ਪੀੜ੍ਹੀ ਹੈ, ਉਹਨੂੰ ਉਸ ਆਪਦੀ ਜ਼ੁਬਾਨ ਦੇ ਨਾਲ ਮੁਹੱਬਤ ਹੋਵੇ ਔਰ ਆਪਣੀ ਜ਼ੁਬਾਨ ਦੇ ਵਿੱਚ ਲਿਖ ਪੜ੍ਹ ਸਕਣ। ਅੱਜ ਇੱਥੇ ਬੜਾ ਰੌਣਕ ਮਿਲਦਾ ਹੈ, ਬਹੁਤ ਸਾਰੇ ਲੋਕ ਇਕੱਠੇ ਨੇ। ਸਭ ਤੋਂ ਜ਼ਿਆਦਾ ਅੱਛਾ ਲੱਗ ਰਿਹਾ ਕਿ ਇੱਥੇ ਸਕੂਲਾਂ ਦੇ, ਕਾਲਜਾਂ ਦੇ ਔਰ ਯੂਨੀਵਰਸਿਟੀ ਦੇ ਤਲਬਾ ਤਾਲਬਾਤ ਔਰ ਉਹਨਾਂ ਦੇ ਜਿਹੜੇ ਪ੍ਰੋਫੈਸਰ ਨੇ, ਟੀਚਰਸ ਨੇ, ਉਹ ਵੀ ਇੱਥੇ ਮੌਜੂਦ ਨੇ। ਤਾਂ ਮੈਂ ਸਮਝਦਾ ਕਿ ਖੁਸ਼ਹਾਲ ਗੱਲ ਹੈ ਕਿ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਇੱਥੇ ਇਸ ਇਵੈਂਟ ਦਾ ਹਿੱਸਾ ਬਣ ਰਹੇ ਨੇ, ਇਸ ਰੈਲੀ ਦਾ ਹਿੱਸਾ ਬਣਦੇ ਪਏ ਨੇ, ਇਸ ਤਹਿਰੀਕ ਦਾ ਹਿੱਸਾ ਬਣਦੇ ਪਏ ਨੇ। ਮੈਂ ਸਮਝਦਾ ਕਿ ਸਾਨੂੰ ਸਾਰਿਆਂ ਨੂੰ ਆਪਣੇ ਤਾਈਂ ਉਹ ਜਿਸ ਵੀ ਪੱਧਰ 'ਤੇ ਹੈ, ਉਹਦੇ ਕੋਲ ਜੋ ਵੀ ਅਬਿਲਿਟੀ ਹੈ ਉਹਨੂੰ ਇਸਤੇਮਾਲ ਕਰਨੀ ਚਾਹੀਦੀ ਹੈ ਔਰ ਆਪਣੀ ਜਿਹੜੀ ਮਾਂ ਬੋਲੀ ਹੈ ਉਹਦੇ ਵਾਸਤੇ ਕੰਮ ਕਰਨਾ ਚਾਹੀਦਾ ਔਰ ਆਪਦੀ ਆਉਣ ਵਾਲੀਆਂ ਨਸਲਾਂ ਵਾਸਤੇ, ਤਾਂ ਕਿ ਉਹ ਆਪਣੀ ਮਾਂ ਬੋਲੀ ਜ਼ੁਬਾਨ ਦੇ ਵਿੱਚ ਤਾਲੀਮ ਹਾਸਲ ਕਰ ਸਕਣ। ਤੇ ਹੁਣ ਅਸੀਂ ਤੁਹਾਨੂੰ ਜਿਹੜਾ ਇਕੱਠ ਹੋਇਆ ਉਸ ਸਾਈਡ ਤੇ ਲੈ ਕੇ ਜਾਂਦੇ ਆ ਤੇ ਤੁਹਾਨੂੰ ਵਿਖਾਉਂਦੇ ਆ ਕਿ ਉੱਥੇ ਕਿਵੇਂ ਦੀ ਰੌਣਕ ਹੈ, ਕਿਵੇਂ ਦੀ ਚਹਿਲ ਪਹਿਲ ਹੈ, ਪੰਜਾਬੀ ਕਿਵੇਂ ਆਪਣਾ ਚਾਅ ਕਰਦੇ ਪਏ ਨੇ, ਆਪਦੀ ਮਾਂ ਬੋਲੀ ਦੇ ਉੱਤੇ ਕਿਵੇਂ ਮਾਣ ਕਰਦੇ ਪਏ ਨੇ। ਬਹੁਤ ਸਾਰੇ ਲੋਕ ਜਿਹੜੇ ਕਹਿੰਦੇ ਨੇ ਕਿ ਯਾਰ ਪੰਜਾਬੀ ਜਿਹੜੀ ਜਾਹਲਾਂ ਦੀ ਜ਼ੁਬਾਨ ਹੈ ਔਰ ਪੰਜਾਬੀ ਨਹੀਂ ਪੜ੍ਹਨੀ ਚਾਹੀਦੀ, ਪਿੰਡੋ ਦੀ ਜ਼ੁਬਾਨ ਹੈ, ਨਹੀਂ ਬੋਲਣੀ ਚਾਹੀਦੀ, ਇਹ ਸਾਰੀਆਂ ਚੀਜ਼ਾਂ ਨੂੰ ਅਸੀਂ ਇੱਕ ਸਾਈਡ ਤੇ ਕਰ ਦਿੱਤਾ ਹੈ। ਤੇ ਅੱਜ ਅਸੀਂ ਸਾਰੇ ਪੜ੍ਹੇ ਲਿਖੇ ਲੋਕ, ਪ੍ਰੋਫੈਸਰ ਲੋਕ ਇਸ ਤਹਿਰੀਕ ਦਾ ਹਿੱਸਾ ਬਣੇ ਨੇ। ਤੁਹਾਨੂੰ ਅਸੀਂ ਵਿਖਾਉਂਦੇ ਹਾਂ ਕਿ ਕਿਵੇਂ ਲੋਕ ਇਸ ਬੋਲੀ ਦਾ ਤਾਅ ਕਰਦੇ ਪਏ ਨੇ, ਇਸ ਬੋਲੀ ਦੇ ਉੱਤੇ ਮਾਣ ਕਰਦੇ ਪਏ ਨੇ। ਆਓ ਜਰਾ ਸਾਡੇ ਨਾਲ। ਆਪਣੀ ਧਰਤੀ ਮਾਂ ਨਾਲ, ਆਪਣੇ ਵਸੇਬ ਨਾਲ, ਆਪਣੇ ਪੰਜਾਬ ਨਾਲ, ਕਿ ਅਸੀਂ ਇਸ ਵਸੇਬ ਦੀ, ਇਸ ਵਸੋਂ ਦੀ, ਇਸ ਬੋਲੀ ਦੀ ਰਾਖੀ ਕਰਾਂਗੇ।
ਸੱਚ ਵੀ ਮੁਸਲਮ ਮਿੱਤਰੋ ਪਿਆਰਿਓ ਅੱਜ 21 ਫਰਵਰੀ ਮਾਂ ਬੋਲੀ ਦਿਹਾੜ ਦੇ ਜਿਵੇਂ ਅਸੀਂ ਪਿਛਲੇ ਕੁਝ ਵਰ੍ਹਿਆਂ ਤੋਂ ਵੇਖਦੇ ਰਹੇ ਹਾਂ ਕਿ ਲੋਕਾਂ ਦਾ ਹਜੂਮ ਜਿਹੜਾ ਹੈ ਲੋਕ ਬਹੁਤ ਘੱਟ ਹੁੰਦੇ ਸਨ ਲੇਕਿਨ ਇਸ ਵਾਰੀ ਜਿਹੜਾ ਹੈ ਉਹ ਵੇਖ ਕੇ ਬੜੀ ਖੁਸ਼ੀ ਹੋਈ ਹੈ ਇਸ ਗੱਲ ਦੀ ਕਿ ਇਸ ਵਾਰੀ ਬਹੁਤ ਜ਼ਿਆਦਾ ਲੋਕ ਇਸ ਇਕੱਠ ਵਿੱਚ ਸ਼ਾਮਿਲ ਹੋਏ ਨੇ ਔਰ ਆਪਣੀ ਸਾਂਝ ਪਾਈ ਹੈ ਔਰ ਸਾਰੇ ਲੋਕਾਂ ਨੇ ਇਹ ਦੱਸਿਆ ਕਿ ਅਸੀਂ ਪੰਜਾਬੀ ਬੋਲਣਾ ਚਾਹੁੰਦੇ ਹਾਂ ਅਸੀਂ ਪੰਜਾਬੀ ਪੜ੍ਹਨਾ ਚਾਹੁੰਦੇ ਹਾਂ ਜੇ ਅੱਜ ਅਗਰ 2000 ਲੋਕ ਇਕੱਠੇ ਹੋਏ ਨੇ ਤਾਂ ਤੁਸੀਂ ਦੇਖਿਆ ਜੇ ਕਿ ਇਨਸ਼ਾਅੱਲਾ ਆਉਣ ਵਾਲੇ ਟਾਈਮ 'ਤੇ ਅਗਲੇ ਸਾਲ ਜਾਂ ਉਸ ਤੋਂ ਅਗਲੇ ਸਾਲ 2 ਲੱਖ ਲੋਕ ਵੀ ਹੋਣਗੇ ਫਿਰ 2 ਕਰੋੜ ਵੀ ਹੋਣਗੇ ਅਤੇ ਸਾਰੇ ਲੋਕ ਸਾਡੇ ਪੰਜਾਬ ਦੀ 12 ਕਰੋੜ ਦੀ ਆਬਾਦੀ ਹੈ 12 ਦੇ 12 ਕਰੋੜ ਲੋਕ ਜਿਹੜੇ ਨੇ ਉਹ ਇਸ ਆਵਾਜ਼ ਦੇ ਨਾਲ ਇਕੱਠੇ ਹੋਣਗੇ ਇਸ ਆਵਾਜ਼ ਨਾਲ ਖੜ੍ਹੇ ਹੋਣਗੇ ਕਿ ਸਾਨੂੰ ਸਾਡੇ ਸਕੂਲਾਂ ਕਾਲਜਾਂ ਦੇ ਵਿੱਚ ਪੰਜਾਬੀ ਮਾਂ ਬੋਲੀ ਨੂੰ ਪੜ੍ਹਾਉਣਾ ਚਾਹੀਦਾ ਇਹਦੇ ਨਾਲ ਸਾਨੂੰ ਦੀ ਇਜਾਜ਼ਤ ਆਪਣਾ ਅਤੇ ਆਪਣਾ ਦਾ ਰੱਖਿਆ ਜਾਵੇ ਢੇਰ ਸਾਰਾ ਖਿਆਲ ਮੇਰਾ ਪਿਆਰ ਮੇਰੀਆਂ ਮੁਹੱਬਤਾਂ ਤੁਹਾਡੇ ਸਾਰਿਆਂ ਦੇ ਨਾਲ ਜਿਉਂਦੇ ਵਸੋ ਅਤੇ ਖੜਖੜਾ ਸੀ ਰੱਬ ਰੱਖ